ਪੰਜਾਬੀ ਨੈਸ਼ਨਲ ਟੀਵੀ ਤੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅਸੀਂ ਅੱਜ ਟਿਕਰੀ ਬਾਰਡਰ ਤੇ ਪਹੁੰਚੇ ਹੋਏ ਹਾਂ ਤੇ ਇੱਥੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਟਿਕਰੀ ਬਾਰਡਰ ਦਾ ਹਾਲ ਕੀ ਹੈ ਸੋ ਟਿਕਰੀ ਬਾਰਡਰ ਤੇ ਜਿੱਥੇ ਲੰਗਰ ਲੱਗ ਰਹੇ ਨੇ ਤੇ ਨਾਲ ਹੀ ਨਾਲ ਮੈਡੀਕਲ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਨੇ ਤੇ ਇਸ ਵੇਲੇ ਜਿੱਥੇ ਅਸੀਂ ਖੜੇ ਹਾਂ ਉਹ ਹੈ ਜੀ ਬਾਬਾ ਬਗੇਲ ਸਿੰਘ ਸੇਵਾ ਸੁਸਾਇਟੀ ਇਹਨਾਂ ਦੇ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਆ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਟਿਕਰੀ ਬਾਰਡਰ ਤੇ ਕਿਹੜੀਆਂ-ਕਿਹੜੀਆਂ ਦਿੱਕਤਾਂ ਆ ਰਹੀਆਂ ਨੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਫ੍ਰੀ ਸੇਵਾ ਲਗਾ ਰਹੇ ਹੋ ਇਹਦੇ ਲਈ ਮਤਲਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਆ ਕਿਉਂਕਿ ਇੱਕ ਸੇਵਾ ਜਿਹੜੀ ਹੈ ਇੱਥੇ ਲੋਕ ਲਗਾਤਾਰ ਠੰਡ ਦੇ ਵਿੱਚ ਵੀ ਬੈਠੇ ਹੋਏ ਨੇ ਤੇ ਕਾਫੀ ਦਿਨਾਂ ਤੋਂ ਬੈਠੇ ਨੇ ਬੜੀਆਂ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਤੇ ਉਹਨਾਂ ਦੇ ਵਿੱਚੋਂ ਕੁਝ ਕਿ ਦਿੱਕਤਾਂ ਸਾਨੂੰ ਦੱਸੋ ਕਿ ਜਿਹੜੀਆਂ ਸੱਚੀ ਲੋਕੀ ਜ਼ਿਆਦਾ ਫੇਸ ਕਰ ਰਹੇ ਨੇ ਦੇਖੋ ਮੇਰੇ ਖਿਆਲ ਜੀ ਜਿਹੜੀ ਆਮ ਤੌਰ ਤੇ ਦਿੱਕਤ ਖੰਗ ਜਕਾਮ بخਾਰ ਦੀ ਤਾਂ ਹੈ ਹੀ ਹੈ ਪਰ ਇੱਥੇ ਕੈਂਪ ਲਾ ਕੇ ਮੈਂ ਇੱਕ ਇਹ ਚੀਜ਼ ਵੀ ਦੇਖੀ ਬੀਂਗ ਅ ਡਾਕਟਰ ਕਿਉਂਕਿ ਮੈਂ ਖੁਦ ਇੱਕ ਕੈਂਪੀ ਬੇਸ ਡਾਕਟਰ ਆ ਵੀ ਇੱਥੇ ਕਈ ਸਾਡੇ ਕੋਲ ਉਹ ਲੋਕ ਕਿਵੇਂ ਜਿਹਨਾਂ ਨੂੰ ਅਸੀਂ ਰੈਗੂਲਰਲੀ ਗਲੂਕੋਜ਼ ਚੈੱਕ ਕੀਤਾ ਉਹਨਾਂ ਦਾ 300 ਪਲੱਸ ਸੀਗਾ ਬਿਤੇਨੇ ਦਿਨ ਪੈਂਡਿੰਗ ਮਤਲਬ ਇੱਕ ਹੈਲਥ ਗੈਪ ਵੀ ਕਿਤੇ ਨਜ਼ਰ ਆਉਂਦਾ ਵੀ ਪਬਲਿਕ ਸੈਕਟਰ ਦੇ ਵਿੱਚ ਹੈਲਥ ਗੈਪ ਵੀ ਸਾਡੇ ਕੋਲੇ ਬਹੁਤ ਹੈਗਾ ਵਾ ਤੇ ਜਿਹੜੀ ਰੈਗੂਲਰ ਰੋਜ਼ ਮਰਲਾ ਦੀਆਂ ਬਿਮਾਰੀਆਂ ਹੈਗੀਆਂ ਉਹ ਤਾਂ ਸਾਨੂੰ ਇੱਥੇ ਹੈ ਹੀ ਹੈ ਨੇ ਲੋ ਕਾਂਗਜੋ ਕਾਮ ਫੰਗਲ ਇਨਫੈਕਸ਼ਨ ਸਾਡੇ ਕੋਲ ਹੈਗੇ ਨੇ ਆਈ ਆਈ ਦੀ ਆ ਕੋਈ ਕੰਜਕਟਿਵਾਈਟਿਸ ਹੈਗੇ ਕੋਈ ਯੂਆਈ ਇਨਫੈਕਸ਼ਨ ਹੈਗੀ ਆ ਕਿਸੇ ਨੂੰ ਵੈਸੇ ਥਕਾਵਟ ਹੈ ਸਿਲੋਫਨਾਕ ਆ ਜੋਇੰਟ ਪੇਨ ਦੀ ਪ੍ਰੋਬਲਮ ਹੈਗੀ ਆ ਇਹ ਤਾਂ ਰੈਗੂਲਰ ਕੋ ਬੰਦੇ 20 25 ਦਿਨਾਂ ਤੋਂ ਇੱਥੇ ਬੈਠੇ ਨੇ ਮੌਸਮ ਕੁਛ ਐਵੇਂ ਦਾ ਵੀ ਤੇ ਚੀਜ਼ ਅਸੀਂ ਮੰਨ ਕੇ ਚੱਲਾਂਗੇ ਕੋਈ ਨਾ ਕੋਈ ਇਨਫੈਕਸ਼ਨ ਤਾਂ ਹੋਣੀ ਹੋਣੀ ਆ ਪਰ ਜਿਹੜੀ ਉੱਪਰ ਇੱਕ ਚੀਜ਼ ਦੇਖੋ ਨੇ ਮਿਲਦੀ ਆ ਵੀ ਜਿਵੇਂ ਕਈ ਕ੍ਰੋਨਿਕ ਬਿਮਾਰੀਆਂ ਡਾਇਬੀਟਸ ਮਲਾਈਟਸ ਹੈ ਰਕੀਆਂ ਉਹ ਉਹਨਾਂ ਦੇ ਗੈਪਸ ਵੀ ਦੇਖਿਆ ਰਹੇ ਲੋਕੋ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਬਿਮਾਰੀ ਆ ਸ਼ਾਇ ਹਾਂਜੀ ਤੇ ਜਦੋਂ ਤੁਹਾਡੇ ਕੋਲੋਂ ਇੱਥੇ ਆਉਂਦੇ ਨੇ ਲੋਕ ਤੇ ਬਿਮਾਰੀ ਦਾ ਪਤਾ ਲੱਗਦਾ ਕਿ ਸ਼ਾਇਦ ਬਹੁਤ ਪੁਰਾਣੀ ਬਿਮਾਰੀ ਹੈ ਤੇ ਫਿਰ ਉਸ ਬਿਮਾਰੀ ਨੂੰ ਕਿੱਦਾਂ ਡੀਲ ਕਰਨਾ ਦੇ ਕਮੈਂਟ ਹੁੰਦੇ ਮੇ ਸਾਡੇ ਕੋਲ ਕੋਈ ਆ ਰਹੀ ਆ ਹੁਣ ਫਸਟ ਆਫ ਆਲ ਸਾਡੀ ਲਿਮਿਟਡ ਕਪੈਸਿਟੀ ਚ ਅਸੀਂ ਬੈਠੇ ਆ ਕੋਈ ਫੁੱਲ ਫਲੈਸ਼ ਜਿਹੜਾ ਹਸਪੀਟਲ ਨਹੀਂ ਹੈਗਾ ਫੂਡ ਫੈ ਸਪੈਸ਼ਲਿਸਟ ਨਹੀਂ ਹੈਗਾ ਪ੍ਰਾਇਮਰੀ ਆਬਜੈਕਟਿਵ ਸਾਡਾ ਫਸਟ ਏਡ ਹੈ ਹੁਣ ਬੀਇੰਗ ਅ ਮੈਡੀਕਲ ਡਾਕਟਰ ਮੈਂ ਜਿੰਨਾ ਆਪਣੇ ਵੱਲੋਂ ਪ੍ਰੋਵਾਈਡ ਕਰ ਸਕਦਾ ਆਪਣੀ ਟੀਮ ਦੇ ਨਾਲ ਅਸੀਂ ਪ੍ਰੋਵਾਈਡ ਕਰ ਰਹੇ ਆ ਓਵਰ ਆਲ ਅੱਗੇ ਉਹਨਾਂ ਨੂੰ ਕਈ ਨੂੰ ਅਸੀਂ ਗਾਈਡ ਵੀ ਕਰਦੇ ਵੀ ਤੁਸੀਂ ਇਹ ਡਿਪਾਰਟਮੈਂਟ ਦੇ ਵਿੱਚ ਜਾਓ ਜੇ ਮੇ ਸਾਡੇ ਕੋਲ ਸਿੱਖ ਆਏ ਉਹਨਾਂ ਨੂੰ ਕਈ ਨੂੰ ਕਹਾਂ ਵੀ ਐਂਡੋਕਰਨੋਲੋਜਿਸਟ ਕੋਲੇ ਜਾਓ ਕਿਸੇ ਨੂੰ ਪਿਸ਼ਾਬ ਦੀ ਪ੍ਰੋਬਲਮ ਆਈ ਹੈ ਵੀ ਦੋ ਗੋਲੀਆਂ ਖਾ ਕੇ ਚੱਲ ਰਹੇ ਹੋ ਹੀ ਨਹੀਂ ਪਤਾ ਤੁਹਾਨੂੰ ਅੰਦਰ ਪ੍ਰੋਬਲਮ ਕੀ ਨਿਕਲੇ ਹਾਂਜੀ ਤੇ ਲੋਕ ਇੱਥੇ ਕਾਫੀ ਦਿਨਾਂ ਤੋਂ ਬੈਠੇ ਹੋਏ ਨੇ ਤੇ ਬੜੀਆਂ ਸਾਰੀਆਂ ਆਲੇ-ਦੁਆਲੇ ਸਮੱਸਿਆਵਾਂ ਕਿਉਂਕਿ ਮਿੱਟੀ ਪਹਿਲੀ ਗੱਲ ਤਾਂ ਮਿੱਟੀ ਚੜ ਰਹੀ ਹੈ ਪਾਣੀ ਦੀ ਪ੍ਰੋਬਲਮ ਹੈਗੀ ਹੈ ਤੇ ਚਾਹੇ ਪਾਣੀ ਦੀ ਸੇਵਾ ਲਗਾਤਾਰ ਜਾਰੀ ਹੈ ਪਰ ਆਸ-ਪਾਸ ਪੋਲੂਸ਼ਨ ਇੰਨਾ ਜ਼ਿਆਦਾ ਗੜੇ ਦੀਆਂ ਪ੍ਰੋਬਲਮਜ਼ ਆ ਰਹੀਆਂ ਹੈਗੀਆਂ ਨੇ ਤੇ ਕੀ ਲੱਗਦਾ ਹੈ ਪਹਿਲੀ ਗੱਲ ਤਾਂ ਇੱਕ ਹੀ ਜਿਹੜਾ ਸਾਡਾ ਰੌਲਾ ਪਿਆ ਸੀ ਪਿੱਛੇ ਜੇ ਕਿ ਕਰੋਨਾ 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 ਸੋ ਉਹ ਉਹਦਾ ਪਹਿਲਾਂ ਮੈਨੂੰ ਦੱਸੋ ਕਿ ਉਹ ਐਗਜ਼ੈਕਟਲੀ ਫਿਲਹਾਲ ਹੈ ਕਿ ਨਹੀਂ ਹੈ ਦੇਖੋ ਭਾਵੇਂ ਕਰੋਨਾ ਪੈਂਡੈ ਜੇ ਸੀਨ ਮੈਂ ਬੀਗ ਅ ਡਾਕਟਰ ਇਹਨੂੰ ਡਿਨਾਈ ਨਹੀਂ ਕਰ ਪਾਉਂਗਾ ਕਿਤੇ ਵੀ ਇਹ ਪੈਂਡੈਮਿਕ ਹੈ ਪਰ ਦਿੱਕਤ ਕੀ ਹੋਗੀ ਵੀ ਇਹ ਲਾਜ਼ ਨੇ ਤੁਸੀਂ ਮੈਂ ਇਹਨੂੰ ਕਹਿੰਦਾ ਇੱਕ ਦੂਸਰੇ ਪ੍ਰੈਸ਼ਰ ਨਾਲ ਦੇਖਦਾ ਤੁਸੀਂ ਇਸ ਪ੍ਰੈਸ਼ਰ ਨਾਲ ਦੇਖਦੇ ਹੋਗੇ ਵੀ ਕੋਰੋਨਾ ਪੈਂਡੈਮਿਕ ਦੇ ਵਿੱਚ ਲੋਕ ਲੋਗ ਆਏ ਨੇ ਮੈਂ ਸੋਚ ਰਹਾ ਵੀ ਪੈਂਡੈਮਿਕ ਹੈਗਾ ਲੋਕਾਂ ਨੂੰ ਪਤਾ ਹੋ ਫਿਰ ਵੀ ਆਏ ਹੋਏ ਨੇ ਤਾਂ ਮਤਲਬ ਇੱਕ ਇਮਪੈਂਡਿੰਗ ਕਿੰਨੀ ਵੱਡੀ ਕ emergency ਅਸੀਂ ਕ੍ਰੀਏਟ ਕਰਕੇ ਰੱਖਤੀ ਹੁਣ ਅਸੀਂ ਤਾਂ ਜ ਆਪਣੇ ਵੱਲ ਇਸ ਬਿਟਵਿਨ ਸੀ ਰੱਖੀ ਹੋਈ ਹੈ ਕਿਉਂਕਿ ਜਿੰਨੇ ਵੀ ਡਾਕਟਰ ਹੋਣਗੇ ਉਹਨਾਂ ਨੂੰ ਪਤਾ ਹੁੰਦਾ ਵੀ ਵਾਇਰਲ ਇਨਫੈਕਸ਼ਨਸ ਵੀ ਵਿਟਾਮਿਨ ਸੀ ਜਾਂ ਸੀ ਇਹ ਹੀ ਇਮਿਊਨਿਟੀ ਬੂਸਟ ਕਰ ਸਕਦਾ ਤਾਂ ਵੀ ਟਰਾਈ ਕਰ ਰਹੇ ਵੀ ਕੋਈ ਵਾਇਰਲ ਇਨਫੈਕਸ਼ਨ ਇਥੇ ਨਾਵੇ ਮਾਸਕਸ ਦੀ ਸਾਡੇ ਵੱਲੋਂ ਸੀਗੀ ਜਿੰਨੀ ਵਸੇ ਪ੍ਰੋਵਾਈਡ ਕਰ ਸਕਦੇ ਆ ਵੀ ਇਸ ਇੰਨੇ ਵੱਡੇ ਹਜੂਮ ਦੇ ਵਿੱਚ ਕਿਤੇ ਵਾਇਰਸ ਨਾ ਜਾਏ ਨਹੀਂ ਤੇ ਬਹੁਤ ਵੱਡਾ ਹੈਲਥ ਡਿਜ਼ਾਸਟਰ ਵੀ ਕ੍ਰੀਏਟ ਹੋ ਸਕਦਾ ਕੀ ਲੱਗਦਾ ਤੁਹਾਨੂੰ ਕਿ ਇੰਨਾ ਵੱਡਾ ਅੰਦੋਲਨ ਹੈ ਇੰਨਾ ਵੱਡਾ ਇਕੱਠਾ ਹੈ ਤੇ ਹਜੇ ਤੱਕ ਜੇ ਆਪਾਂ ਕਰੋਨਾ ਦੀ ਗੱਲ ਕਰਦੇ ਆ ਸਿਰਫ ਤੇ ਕੀ ਲੱਗਦਾ ਕਿ ਹਜੇ ਤੱਕ ਕਿਸੇ ਨੂੰ ਹੋਇਆ ਨਹੀਂ ਹੋਏਗਾ ਜਾਂ ਕਿਸੇ ਨੂੰ ਇਹ ਬਿਮਾਰੀ ਨਹੀਂ ਲੱਗਦੀ ਦੇਖੋ ਮੈਂ ਮੈਂ ਕਰੋਨਾ ਨੂੰ ਡਿਨਾਈ ਨਹੀਂ ਕਰੂੰਗਾ ਠੀਕ ਹੈ ਕਿਉਂਕਿ ਮੇਰੀ ਫਰੇਟਰਨਿਟੀ ਦੇ ਵਿੱਚ ਪੂਰੇ ਦੇ ਵਿੱਚ ਦੁਨੀਆ ਦੇ ਵਿੱਚ ਹੈ ਤਾਂ ਇਹ ਡੈਫੀਨਿਟਲੀ ਆ ਪਰ ਹਾਂ ਜੇ ਅਪਾ ਦੂਜੇ ਪਾਸੇ ਦੇਖੀਏ ਵੀ ਇੰਡੀਆ ਦੇ ਵਿੱਚ ਕਈ ਰਿਪੋਰਟਸ ਆਈਆਂ ਨੇ ਜਿਨ੍ਹਾਂ ਨੂੰ ਬੀਸੀਜੀ ਵੈਕਸੀਨਸ ਲੱਗੀਆਂ ਹੁੰਦੀਆਂ ਇੰਡੀਆ ਦੇ ਵਿੱਚ ਇਮਿਊਨਿਟੀ ਵੀ ਹੈਗੀ ਆ ਜੇ ਤੁਸੀਂ ਦੇਖੋ ਵਰਲਡ ਦੇ ਹਿਸਾਬ ਨਾਲ ਇੰਡੀਆ ਬਹੁਤ ਬੈਟਰ ਸੀਗਾ ਲੋਕਾਂ ਦੀ ਇਮਿਊਨ ਸਿਸਟਮਸ ਜ਼ਿਆਦਾ ਬੈਟਰ ਸੀਗੇ ਲੋਕੀ ਹੱਜ ਵੀ ਇੱਥੇ ਇੱਥੇ ਮੋਸਟਲੀ ਪਿੰਡੂ ਬੰਦਾ ਆਇਆ ਹੋਇਆ ਵਾ ਉਹ ਤੇ ਪਿੰਡੂ ਬੰਦਾਂ ਦਾ ਖਾਣ ਪੀਣ ਬਹੁਤ ਬੈਟਰ ਹੈ ਤੇ ਮੇਰੇ ਖਿਆਲ ਚ ਕਿਤੇ ਨਾ ਕਿਤੇ ਸਾਡੀ ਜਿਹੜੀ ਇੰਨੀ ਇਮਿਊਨਿ ਟਿਕਰੀ ਬਾਰਡਰ ਨੂੰ ਹੀ ਕਿਉਂ ਚੁਣਿਆ ਕਿਉਂਕਿ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਵੀ ਇਹ ਸੇਵਾਵਾਂ ਜਿਹੜੀਆਂ ਲਗਾਤਾਰ ਜਾਰੀ ਨੇ ਤੇ ਟਿਕਰੀ ਨੂੰ ਕਿਉਂ ਚੁਣਿਆ ਮੈਂ ਮੇਰੇ ਵੀਰ ਖੜੇ ਨੇ ਇੱਕ ਵਾਰੀ ਕੈਮਰਾ ਕਰਕੇ ਉਧਰ ਦਿਖਾ ਦਿਓ ਜਸ਼ਨ ਕਾਲੋ ਜੀ ਉਹਨਾਂ ਨਾਲ ਮੈਂ ਪਿਛਲੀ ਵਾਰੀ ਸਿੰਘੂ ਬਾਰਡਰ ਤੇ ਆਇਆ ਸੀਗਾ ਇਹ ਉਹਨਾਂ ਦੇ ਜ਼ਰੀਏ ਸਾਨੂੰ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਪਤਾ ਚੱਲਿਆ ਵੀ ਇੱਥੇ ਇੱਕ ਡੈਫੀਸ਼ੈਂਸੀ ਲੱਗੀ ਹੈਲਥ케ਅਰ ਗੈਪ ਦੀ ਔਰ ਮੈਨੂੰ ਪ੍ਰੈਕਟੀਕਲੀ ਫੀਲ ਹੋ ਰਿਹਾ ਹੈ ਤੇ ਹੈਲਥ케ਅਰ ਗੈਪ ਦੀ ਡੈਫੀਸ਼ੈਂਸੀ ਹੈ ਕੱਲ ਅਸੀਂ 6 ਡਾਕਟਰ ਸੀਗੇ ਮੇਰੇ ਸੀਨੀਅਰ ਡਾਕਟਰ ਨਵਿੰਦਰ ਭਾਜੀ ਜਿੰਦਾ ਭਾਜੀ ਇੱਥੇ ਸੀ ਤੇ ਉਹ 6 ਦੇ 6 ਬਿਜ਼ੀ ਸੀਗੇ ਔਰ ਤੁਸੀਂ ਮੰਨੋਗੇ ਅੱਜ ਮੈਂ ਇੱਥੇ ਇਕੱਲਾ ਵਾਂ ਤੇ ਮੈਨੂੰ ਜਸਟ ਦੇਖੋ ਸਾਰੇ ਲੋਕ ਕਰ ਰਹੇ ਨੇ ਹੁਣ ਇਹ ਨਾਨ ਮੈਡੀਕੋਸ ਨੇ ਪਰ ਦੇ ਸਟਿਲ ਬੈਂਡੇਜਿੰਗ ਕਰ ਰਹੇ ਨੇ ਇੰਨੀ ਸਾਡੇ ਕੋਲ ਇੱਥੇ ਹੈਲਥ ਗੈਪ ਹੈ ਕੀ ਲੱਗਦਾ ਕਿ ਟਿਕਰੀ ਤੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਐ ਇਸ ਦੀ ਹੈ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਡੈਫੀਨੇਟਲੀ ਹੈ ਕਿ ਕਿਤੇ ਨਾ ਕਿਤੇ ਹੁਣ ਅਸੀਂ ਤਾਂ ਐਸਾ ਹੁਣ ਆਪਣੇ ਪ੍ਰਾਈਵੇਟ ਇਨੀਸ਼ੀਏਟਿਵ ਨਾਲ ਆਏ ਹੋਏ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਵੀ ਜਿਹੜੀ ਹੈਲਥ케ਅਰ ਸੈਕਟਰ ਦੇ ਵਿੱਚ ਜਿਹੜੇ ਗਵਰਨਮੈਂਟ ਨੇ ਜਾਂ ਗਵਰਨਮੈਂਟ ਨੂੰ ਦਿੱਲੀ ਦੇ ਵਿੱਚ ਕਿੰਨੇ ਡਾਕਟਰ ਹੋਣਗੇ ਉਹਨਾਂ ਦੀ ਡੈਪੂਟੇਸ਼ਨ ਵੀ ਚਾਹੀਦੀ ਹੈ ਸਾਨੂੰ ਜੇ ਗਵਰਨਮੈਂਟ ਡਿਪਲੋਏ ਕਰ ਸਕੇ ਗਵਰਨਮੈਂਟ ਵਾਲਾ ਆਰਮਡ ਫੋਰਸਿਸ ਕੋਲ ਇਹਨੇ ਡਾਕਟਰ ਨੇ ਕਿਤੇ ਨਾ ਕਿਤੇ ਉਹ ਵੀ ਮਾਈਨੋਰਟੀਜ਼ ਇੱਥੇ ਬਣਾ ਕੇ ਡਿਪਲੋਏ ਕਰ ਸਕਦੇ ਨੇ ਕਿਤੇ ਨਾ ਕਿਤੇ ਹਜੂਮ ਨੂੰ ਕੰਟਰੋਲ ਆਪਾਂ ਕੀਤਾ ਜਾ ਸਕਦਾ ਰੈਦਰ ਦੈਨ ਵੀ ਸਨਬ ਦਿਸ ਰੈਵਿਊਸ਼ਨ ਇਹ ਕਹ ਕੇ ਕੋਰੋਨਾ ਵਾਇਰਸ ਹੈ ਨਾ ਇਹ ਗੈਪ ਵੀ ਹੈ ਕਿਤੇ ਕਿਸ ਪਾਰਟ ਤੇ ਕਿਉਂਕਿ ਜਿੰਨਾ ਵੀ ਇਨੀਸ਼ੀਏਟਿਵ ਹੈ ਇੱਥੇ ਹੈਲਥ케ਅਰ ਦਾ ਸਾਰਾ ਪ੍ਰਾਈਵੇਟ ਬੇਸਿਸ ਤੇ ਆ ਖਾਲਸਾ ਹੈਡ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਚੈਰੀਟੀ ਅਸੀਂ ਕੋਈ ਆਰਗੇਨਾਈਜੇਸ਼ਨ ਹੀ ਨਹੀਂ ਹੈਗੇ ਸਿਰਫ ਇਸ ਇਸ ਮੂਵਮੈਂਟ ਦਾ ਨਾਮ ਰੱਖਿਆ ਸੀ ਸੁਸਾਇਟੀ ਦਾ ਕ라우ਡ ਫੰਡਿੰਗ ਨਾਲ ਪਹੁੰਚੇ ਹੋਏ ਆ ਤਾਂ ਤੁਸੀਂ ਇੱਥੇ ਦੇਖੋ ਇੰਡੀਆ ਦੇ ਵਿੱਚ ਕਿੰਨੇ ਰੈਗੂਲਰ ਗਵਰਨਮੈਂਟ ਡਾਕਟਰਸ ਹੋਣਗੇ ਗਵਰਨਮੈਂਟ ਨੂੰ ਡਿਪਲੋਏ ਕਰ ਸਕਦੀ ਸੀ ਗਵਰਨਮੈਂਟ ਨੂੰ ਜਿੰਨਾ ਹੈਲਥ케ਅਰ ਗੈਪ ਹੈ ਹਾਂ ਗਵਰਨਮੈਂਟ ਦੀ ਗੱਲ ਗਵਰਨਮੈਂਟ ਨੇ ਸੋਚਣਾ ਹੁੰਦਾ ਤਾਂ ਇੰਨਾ ਵੱਡਾ ਅੰਦੋਲਨ ਹੀ ਨਾ ਮੇਰਾ ਕਹਿਣ ਦਾ ਮਤਲਬ ਹੈ ਹੋ ਸਕਦਾ ਸਰਕਾਰ ਲਾਅ ਕਿਉਂਕਿ ਗਵਰਨਮੈਂਟ ਹੋ ਸਕਦਾ ਉਹ ਕਵੇ ਮੈਂ ਲਾਅ ਨਹੀਂ ਲੈ ਕੇ ਜਾਣੀ ਪਰ ਉਹ ਹੈਲਥ케ਅਰ ਤੇ ਡਿਨਾਈ ਨਹੀਂ ਨਾ ਕਰ ਸਕਦੀ ਉਹ ਕਹਿ ਰਹੀ ਉਹਦੇ ਹਿਸਾਬ ਨਾਲ ਲਾਅਸ ਠੀਕ ਨਹੀਂ ਗਵਰਨਮੈਂਟ ਇਹ ਕਹਿ ਰਹੀ ਆਪਾਂ ਇਸ ਡਿਬੇਟ ਹੀ ਛੱਡ ਦੋ ਮੈਂ ਡਾਕਟਰ ਆ ਮੈਂ ਕੋਈ ਖੇਤੀਬਾੜੀ ਨਹੀਂ ਨਾ ਕਰਨਾ ਮੈਂ ਜੇ ਆਪਾਂ ਡਾਕਟਰ ਪੁਆਇੰਟ ਤੋਂ ਗੱਲ ਕਰੀ ਤਾਂ ਭੁੱਲ ਜਾਓ 1 ਮਿੰਟ ਲਈ ਖੇਤੀਬਾੜੀ ਦੀ ਸਹੀ ਗਲਤ ਕੀ ਆ ਪਰ ਸਰਕਾਰ ਇਸ ਰਿਸਪੌਂਸਿਬਿਲਟੀ ਤੋਂ ਤਾਂ ਨਹੀਂ ਪਿੱਛੇ ਆ ਸਕਦੀ ਵੀ ਜਿੰਨੇ ਵੀ ਉਹਦੇ ਸਿਟੀਜ਼ਨ ਨੇ ਉਹਨਾਂ ਦੀ ਹੈਲਥ케ਅਰ ਦੀ ਉਹਦੀ ਰਿਸਪੌਂਸਿਬਿਲਟੀ ਹੈਗੀ ਆ ਇਤੋਂ ਤਾਂ ਉਹ ਡਿ ਉਹ ਉਹ ਉਹਦੀ ਲੜਾਈ ਤਾਂ ਦੁਨੀਆ ਲੜੀ ਰਹੀ ਹੈ ਨਾ ਅਸੀਂ ਤਾਂ ਆਪਣੇ ਪ੍ਰਿਜ਼ਮ ਤੋਂ ਗੱਲ ਕਰ ਰਹੇ ਹਾਂ ਤੁਸੀਂ ਇਹਨੂੰ ਕਿਵੇਂ ਮੁਕਰੋਗੇ ਗੱਲ ਇਹ ਹੀ ਹੈ ਕਿ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਜੇ ਨਾ ਤਾਂ ਉਹ ਪਿੱਛੇ ਹਟ ਰਹੀ ਹੈ ਸੋ ਤੁਸੀਂ ਵੀ ਲਗਾਤਾਰ ਦੇਖ ਰਹੇ ਹੋ ਕਿ ਕਿਹੜੀਆਂ-ਕਿਹੜੀਆਂ ਦਿੱਕਤਾਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਟਿਕਰੀ ਬਾਰਡਰ ਤੇ ਸਪੈਸ਼ਲੀ ਜਿੰਨੇ ਵੀ ਦੇਖਣ ਵਾਲੇ ਨੇ ਸਾਡੇ ਪੰਜਾਬੀ ਨੈਸ਼ਨਲ ਟੀਵੀ ਨੂੰ ਦੇਖ ਰਹੇ ਨੇ ਲੋਕ ਜਾਂ ਮੀਡੀਆ ਵਾਲੇ ਲੋਕ ਵੀ ਦੇਖ ਰਹੇ ਨੇ ਤਾਂ ਮੇਰੀ ਰਿਕਵੈਸਟ ਸਭ ਨੂੰ ਇਹ ਹੀ ਹੈ ਕਿ ਅਸੀਂ ਸਿੰਗੂ ਤੇ ਕੁੰਡਲੀ ਬਾਰਡਰ ਦੀਆਂ ਜ਼ਰੂਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਰ ਟਿਕਰੀ ਬਾਰਡਰ ਤੇ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਥੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਸੋ ਬਿਮਾਰੀ ਜਿਹੜੀ ਉਹ ਜ਼ਿਆਦਾ ਫੈਲ ਵੀ ਲੱਗਦਾ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਇੱਥੇ ਵੀ ਮੈਡੀਕਲ ਫੈਸਿਲਿਟੀ ਦੇ ਵਾਸਤੇ ਜ਼ਰੂਰ ਆ ਕੇ ਆਪਣੇ ਕੈਂਪ ਲਗਾਉਣੇ ਚਾਹੀਦੇ ਨੇ ਪੰਜਾਬੀ ਨੈਸ਼ਨਲ ਟੀਵੀ ਤੁਸੀਂ ਦੇਖ ਰਹੇ ਹੋ